ਰਾਜਾ ਆਪਣੇ ਇੱਕ ਸਾਹਿਬ ਇੱਥੋਂ ਆ ਕੇ ਐਮ ਪੀ ਬਣੇ ਆ। ਐਮ ਪੀ ਬਣਨ ਤੋਂ ਪਹਿਲਾਂ ਵੋਟਾਂ ਵਾਲੇ ਉਹਨਾਂ ਨੇ ਗੱਲ ਕਹੀ ਸੀ, ਕਹਿੰਦੇ ਸਭ ਤੋਂ ਪਹਿਲਾ ਕੰਮ ਹੈ ਬੁੱਢੇ ਨਾਲੇ ਦਾ ਕੰਮ, ਅਤੇ ਵੋਟਾਂ ਲਈਆਂ ਕੁਰਸੀ ਲਈ ਅਤੇ ਹੁਣ ਗੱਲ ਵੀ ਭੁੱਲ ਗਏ। ਇਹਨਾਂ ਨੇ ਕੀਤਾ ਜੈ ਰਾਮ ਰਮੇਸ਼ ਨੇ ਫਿਰ 2019 ਦੇ ਵਿੱਚ, ਅਤੇ ਹੁਣ ਆ ਨੀਂਹ ਪੱਥਰ ਜਿਹੜਾ 650 ਕਰੋੜ ਵਾਲਾ ਭੰਨਿਆ ਗਾ, ਅਤੇ ਦੇਖ ਲਓ ਤੁਸੀਂ ਹੁਣ ਤੱਕ ਜਿਹੜਾ ਆਪਾਂ ਅੰਕੜੇ ਕੱਢਿਆ ਵੀ 2000 ਕਰੋੜ ਰੁਪਈਆ ਜਿਹੜਾ ਉਹ ਬੁੱਢੇ ਨਾਲ ਦੇ ਟ੍ਰੀਟਮੈਂਟ ਦੇ ਲਈ ਆਇਆ ਪਰ ਕਿਤੇ ਲੱਗਿਆ ਨਹੀਂ। ਇੱਕ ਰਿਪੋਰਟਰ ਨੇ ਸਵਾਲ ਕੀਤਾ ਸੀ, ਕਹਿੰਦੇ ਤੁਸੀਂ ਇੱਥੇ ਆ ਗਏ ਇਕੱਠ ਕਰਦੇ ਆ ਵੀ ਵਿੱਚ ਵੜ ਕੇ, ਕਹਿੰਦੇ ਬੁੱਢਾ ਨਾਲਾ ਸਾਫ ਕਰੋਗੇ, ਅਸੀਂ ਵਿੱਚ ਵੜ ਕੇ ਵੀ ਬੁੱਢਾ ਨਾਲਾ ਸਾਫ ਕਰ ਦਾਂਗੇ। ਪਹਿਲਾਂ ਤਾਂ 2000 ਕਰੋੜ ਰੁਪਈਆ 650 ਕਰੋੜ ਰੁਪਈਆ ਜਿਨ੍ਹਾਂ ਨੇ ਖਾਧਾ ਇਹਨਾਂ ਤੋਂ ਕਢਾਓ ਪਹਿਲਾਂ। ਆਪ ਐਸ਼ੋ ਆਰਾਮ ਦੀ ਜ਼ਿੰਦਗੀ ਜਿਉਂਦੇ ਆ, ਆਪਦੇ ਜਵਾਕ ਬਾਹਰ ਭੇਜਦੇ, ਸਾਡੇ ਇੱਥੇ ਕਦੇ ਸੂਈਆਂ ਨਾਲ ਮਰਦੇ ਆ, ਜਿਹੜੇ ਸੂਈਆਂ ਤੋਂ ਬਚ ਗਏ ਵਿਚਾਰੇ, ਪਹਿਲਾਂ ਨਸ਼ੇ 'ਤੇ ਲਾਦੇ, ਨਸ਼ੇ ਤੋਂ ਬਚ ਗਿਆ ਬੁੱਢੇ ਨਾਲ ਦੇ ਕਾਲੇ ਪਾਣੀ ਦੇ ਨਾਲ ਮਰੀ ਜਾਂਦੇ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਲੋਕ ਰਾਏ ਟੀ ਵੀ ਦੇਖ ਰਹੇ ਹੋ, ਮੈਂ ਹਾਂ ਪਰਵਿੰਦਰ ਸਿੰਘ। ਬੁੱਢੇ ਦਰਿਆ ਦੇ ਵਿੱਚ ਗੰਦੇ ਪਾਣੀ ਨੂੰ ਲੈ ਕੇ ਅੱਜ ਇੱਕ ਵੱਡਾ ਇਕੱਠ ਰੱਖਿਆ ਗਿਆ ਸੀ ਲੱਖਾ ਸਿੰਘ ਸਧਾਣਾ ਵੱਲੋਂ। ਮਾਲਵੇ ਤੋਂ ਵੱਡੀ ਪੱਧਰ 'ਤੇ ਲੋਕ ਆਏ ਸੀ, ਹੋਰ ਵੀ ਯੂਨੀਅਨ ਕਿਸਾਨ ਯੂਨੀਅਨ ਦੇ ਆਗੂ ਵੀ ਪਹੁੰਚੇ ਸੀ। ਮੇਰੇ ਨਾਲ ਰਫਤਾਰ ਰਾਏ ਮੌਜੂਦ ਆ, ਗੱਲਬਾਤ ਕਰਦੇ ਹਾਂ। ਰਫਤਾਰ ਕਿਸ ਤਰ੍ਹਾਂ ਤਰੀਕੇ ਨਾਲ ਵੇਖਦੇ ਹੋ ਕਿ ਜਦੋਂ ਸਰਕਾਰ ਬਣਨ ਤੋਂ ਪਹਿਲਾਂ ਇਹੀ ਸਰਕਾਰਾਂ ਵਾਅਦੇ ਕਰਦੀਆਂ ਹੁੰਦੀਆਂ ਕਿ ਅਸੀਂ ਪੰਜਾਬ ਦੇ ਲਈ ਖੜਾਂਗੇ, ਪੰਜਾਬ ਦੇ ਪੁੱਤਾਂ 'ਤੇ। ਅੱਜ ਜਦੋਂ ਪੰਜਾਬ ਇਸ ਸਿਸਟਮ ਦੇ ਵਿੱਚ ਗੁਜ਼ਰ ਰਿਹਾ ਤਾਂ ਉਹਨਾਂ ਨੂੰ ਇਹ ਸਾਰਾ ਕੁਝ ਦਿਸਦਾ ਨਹੀਂ? ਦੇਖੋ ਜੀ, ਰਾਜਾ ਬਣਿੰਗ ਸਾਹਿਬ ਇੱਥੋਂ ਆ ਕੇ ਐਮ ਪੀ ਬਣੇ ਆ। ਐਮ ਪੀ ਬਣਨ ਤੋਂ ਪਹਿਲਾਂ ਵੋਟਾਂ ਵਾਲੇ ਉਹਨਾਂ ਨੇ ਗੱਲ ਕਹੀ ਸੀ, ਕਹਿੰਦੇ ਸਭ ਤੋਂ ਪਹਿਲਾ ਕੰਮ ਹੈ ਬੁੱਢੇ ਨਾਲੇ ਦਾ ਕੰਮ, ਅਤੇ ਵੋਟਾਂ ਲਈਆਂ ਕੁਰਸੀ ਲਈ ਅਤੇ ਹੁਣ ਗੱਲ ਵੀ ਭੁੱਲ ਗਏ। ਇਹ ਬੁੱਢੇ ਨਾਲੇ ਦਾ ਜਿਹੜਾ ਮਸਲਾ ਇਹ ਪਿਛਲੇ 30 ਸਾਲਾਂ ਤੋਂ ਚੱਲਦਾ ਆ ਰਿਹਾ ਜੀ, ਪਿਛਲੇ 30 ਸਾਲਾਂ ਤੋਂ। ਆਹ ਮੈਂ ਤੁਹਾਨੂੰ ਦਿਖਾ ਦਿੰਦਾ, 1996 ਦੇ ਵਿੱਚ, 1996 ਤੋਂ ਇਹ ਸ਼ੁਰੂ ਹੋਇਆ। ਸਤਲੁਜ ਐਕਸ਼ਨ ਪਲਾਨ ਸ਼ੁਰੂ ਕੀਤਾ ਗਿਆ ਸੀ ਜਮਾਲਪੁਰ ਭਾਟੀਆਂ ਅਤੇ ਬੱਲੋ ਕੇ ਵਿਖੇ, ਠੀਕ ਹੈ ਜੀ। ਉਸ ਤੋਂ ਬਾਅਦ 2009 ਫਿਰ 10 ਦੇ ਵਿੱਚ ਫਿਰ 11 'ਚ ਪ੍ਰੋਜੈਕਟ ਦਾ ਇਹਨਾਂ ਨੇ ਕੀਤਾ ਜੈ ਰਾਮ ਰਮੇਸ਼ ਨੇ ਫਿਰ 2019 ਦੇ ਵਿੱਚ, ਅਤੇ ਹੁਣ ਆ ਨੀਂਹ ਪੱਥਰ ਜਿਹੜਾ 650 ਕਰੋੜ ਵਾਲਾ ਭੰਨਿਆ ਗਾ, ਅਤੇ ਦੇਖ ਲਓ ਤੁਸੀਂ ਹੁਣ ਤੱਕ ਜਿਹੜਾ ਆਪਾਂ ਅੰਕੜੇ ਕੱਢਿਆ ਵੀ 2000 ਕਰੋੜ ਰੁਪਈਆ ਜਿਹੜਾ ਉਹ ਬੁੱਢੇ ਨਾਲ ਦੇ ਟ੍ਰੀਟਮੈਂਟ ਦੇ ਲਈ ਆਇਆ ਪਰ ਕਿਤੇ ਲੱਗਿਆ ਨਹੀਂ। 650 ਕਰੋੜ ਰੁਪਈਆ ਇਹ ਕਿਤੇ ਲੱਗਿਆ ਨਹੀਂ ਦਿੰਦਾ, ਇਹ ਸਿਰਫ ਨੀਂਹ ਪੱਥਰ ਰੱਖਣ ਜੋਗੀਆਂ ਸਰਕਾਰਾਂ ਨੇ, ਕਰਨਾ ਕਤਰਨਾ ਇਹਨਾਂ ਨੇ ਕੁਛ ਨਹੀਂ ਹੈਗਾ। ਅਤੇ ਇੱਕ ਮੈਨੂੰ ਹੋਰ ਇੱਕ ਰਿਪੋਰਟਰ ਨੇ ਸਵਾਲ ਕੀਤਾ ਸੀ, ਕਹਿੰਦੇ ਤੁਸੀਂ ਇੱਥੇ ਆ ਗਏ ਇਕੱਠ ਕਰਦੇ ਆ ਵੀ ਵਿੱਚ ਵੜ ਕੇ, ਕਹਿੰਦੇ ਬੁੱਢਾ ਨਾਲਾ ਸਾਫ ਕਰੋਗੇ, ਅਸੀਂ ਵਿੱਚ ਵੜ ਕੇ ਵੀ ਬੁੱਢਾ ਨਾਲਾ ਸਾਫ ਕਰ ਦਾਂਗੇ। ਪਹਿਲਾਂ ਤਾਂ 2000 ਕਰੋੜ ਰੁਪਈਆ 650 ਕਰੋੜ ਰੁਪਈਆ ਜਿਨ੍ਹਾਂ ਨੇ ਖਾਧਾ ਇਹਨਾਂ ਤੋਂ ਕਢਾਓ ਪਹਿਲਾਂ, ਜਾਂ ਇਹਨਾਂ ਤੋਂ ਪੁੱਛੋ ਵੀ ਕਿੱਥੇ ਲੱਗਿਆ ਸਾਨੂੰ ਦਿਖਾਓ। ਉੱਤੋਂ ਗ੍ਰਾਂਟ ਆਈ 600 ਕਰੋੜ, ਖਾ ਕੇ ਇੱਥੇ ਪਲਾਟ ਲੈ ਲਏ, ਕਦੇ ਕਿੱਥੇ ਮੌਲ ਬਣਾ ਲਿਆ, ਕਦੇ ਕਿੱਥੇ। ਆਪ ਐਸ਼ੋ ਆਰਾਮ ਦੀ ਜ਼ਿੰਦਗੀ ਜਿਉਂਦੇ ਆ, ਆਪਦੇ ਜਵਾਕ ਬਾਹਰ ਭੇਜਦੇ, ਸਾਡੇ ਇੱਥੇ ਕਦੇ ਸੂਈਆਂ ਨਾਲ ਮਰਦੇ ਆ, ਜਿਹੜੇ ਸੂਈਆਂ ਤੋਂ ਬਚ ਗਏ ਵਿਚਾਰੇ, ਪਹਿਲਾਂ ਨਸ਼ੇ 'ਤੇ ਲਾਦੇ, ਨਸ਼ੇ ਤੋਂ ਬਚ ਗਿਆ ਬੁੱਢੇ ਨਾਲ ਦੇ ਕਾਲੇ ਪਾਣੀ ਦੇ ਨਾਲ ਮਰੀ ਜਾਂਦੇ ਆ। ਅਤੇ ਉੱਧਰ ਜੈਨਪੁਰ, ਮਲਕਪੁਰ ਅਤੇ ਚੂੜਪੁਰ ਵੱਲ ਉੱਧਰ ਤੁਸੀਂ ਦੇਖੋ, ਜ਼ਮੀਨਾਂ ਦੇ ਵਿੱਚੋਂ ਗੰਦਾ ਪਾਣੀ ਨਿਕਲਦਾ, ਉਹੀ ਪਾਣੀ ਦੇ ਨਾਲ ਉਹ ਖੇਤੀ ਕਰਦੇ ਆ, ਉਹੀ ਪਾਣੀ ਉਹ ਪੀਣ ਦੇ ਲਈ ਮਜਬੂਰ ਆ। ਜਵਾਕਾਂ ਦੀਆਂ ਕਿਡਨੀਆਂ ਖਰਾਬ ਹੋਈਆਂ, ਚਮੜੀ ਦੀ ਬਿਮਾਰੀ ਅਤੇ ਸਿਰ ਦੇ ਵਾਲ ਝੜੀ ਜਾਂਦੇ ਆ, ਕੈਂਸਰ ਵਰਗੀਆਂ ਬਿਮਾਰੀਆਂ ਜੀ। ਇੱਧਰ ਜਮਾਲਪੁਰ, ਸ਼ਿਮਲਾਪੁਰ ਵਾਲੀ ਸਾਈਡ, ਸ਼ਿਮਲਾਪੁਰੀ ਵੱਲ ਆਹੀ ਬੁੱਢੇ ਨਾਲੇ ਦਾ ਪਾਣੀ ਘਰਾਂ 'ਚ ਜਾ ਵੜਦਾ, ਅਤੇ ਸਾਡੀਆਂ ਸਰਕਾਰਾਂ ਸੁੱਤੀਆਂ ਪਈਆਂ। ਆ ਰਮਨੀਤ ਬਿੱਟੂ ਵਰਗੇ ਖਾ ਖੂ ਕੇ ਪੈਸਾ ਬੈਠੇ ਆ ਉੱਚੇ ਅਹੁਦਿਆਂ 'ਤੇ, ਹੁਣ ਰਾਜਾ ਬਣਿੰਗ ਆ ਗਿਆ ਲੁਧਿਆਣਾ ਲੁੱਟਣ ਨੂੰ ਇੱਥੇ। ਇੱਧਰ ਪੁੱਛੋ ਇਹਨੂੰ ਵੀ, ਤੂੰ ਤਾਂ ਵਾਅਦਾ ਕੀਤਾ ਸੀ, ਸਾਡੇ ਲੋਕ ਪਤਾ ਨਹੀਂ ਕਿਉਂ ਨਹੀਂ ਪੁੱਛ ਰਹੇ ਯਾਰ। ਇੱਥੇ ਵੱਡੀਆਂ ਵੱਡੀਆਂ ਗੱਡੀਆਂ 'ਚ ਲੁਧਿਆਣੇ ਸ਼ਹਿਰ ਦੇ ਜਿਹੜੇ ਲੋਕ ਆ ਸਭ ਤੋਂ ਵੱਡੇ ਜ਼ਿੰਮੇਵਾਰ ਉਹ ਆ। ਅੱਜ ਇੱਥੇ ਮਾਰਚ ਸੀ, ਆਹ ਵੱਡੀਆਂ ਵੱਡੀਆਂ ਗੱਡੀਆਂ ਕੋਲ ਦੀ ਨਿਗਾਹ ਨਿਗਾਹ ਕੇ ਲੈ ਗਏ।
ਵੀ ਕਿਉਂ ਤੁਹਾਡਾ ਫਰਜ਼ ਨਹੀਂ ਬਣਦਾ ਸੀ ਯਾਰ ਤੁਸੀਂ ਇੱਥੇ ਰੁਕੋ ਵੀ ਬੁੱਢੇ ਨਾਲੇ ਦਾ ਪਾਣੀ ਦਾ ਹੱਲ ਆ, ਜੇ ਤੁਹਾਡੇ ਕੋਲ ਗੱਡੀ ਆ ਤੁਹਾਡੇ ਕੋਲ ਪੈਸਾ ਖਾ ਥੋੜ੍ਹੀ ਲਵੋਗੇ, ਖਾਣੀ ਤਾਂ ਰੋਟੀ ਪਾਣੀ ਵੀ ਆ, ਆਕਸੀਜਨ ਤਾਂ ਹਵਾ ਦੇ ਨਾਲ ਹੀ ਲੈਣੀ ਆ, ਵੀ ਕਦੋਂ ਤੁਸੀਂ ਉੱਠੋਗੇ? 18-18 ਕਰੋੜ ਦਾ 2-2 ਕਰੋੜ ਦੇ ਟੀਕੇ ਲੱਗਦੇ ਆ ਬਾਈ ਜੰਮਦੇ ਜਵਾਕਾਂ ਦੇ, ਜਿਹੜੇ ਬਿਮਾਰੀਆਂ ਲੱਗੀਆਂ ਹੁੰਦੀਆਂ ਉਹਨਾਂ ਨੂੰ, 6-6 ਸਾਲ ਦੇ ਜਵਾਕਾਂ ਦੇ ਐਨਕਾਂ ਲੱਗੀਆਂ ਐਡੀਆਂ, ਪਰ ਸਾਡੇ ਲੋਕ ਪਤਾ ਨਹੀਂ ਯਾਰ ਕਿਉਂ ਨਹੀਂ ਜਾਗਦੇ। ਸਭ ਵੱਡੇ ਕਸੂਰਵਾਰ ਸਾਡੇ ਲੋਕ ਵੀ ਆ, ਜਿਹੜੇ ਇੱਥੇ ਬੁੱਢੇ ਨਾਲੇ ਦੇ ਵਿੱਚ ਲੇਜਦਾ ਪੈਟ ਗਿਆ ਚੱਕ ਬੁੱਢੇ ਨਾਲੇ 'ਚ, ਸਾਡੇ ਸੀਵਰੇਜ ਕਰਨ ਦੇ ਸੀਵਰੇਜ ਦੀ ਸਫਾਈ ਸਾਰਾ ਗੰਦ ਸੀਵਰੇਜ ਕੱਢ ਕੇ ਚੱਕ ਬੁੱਢੇ ਨਾਲੇ 'ਚ, ਫੈਕਟਰੀਆਂ ਤਾਂ ਪਾਉਂਦੀਆਂ ਹੀ ਪਾਉਂਦੀਆਂ ਜ਼ਹਿਰੀਲਾ ਪਾਣੀ, ਸਾਡੇ ਲੋਕ ਕਿਹੜਾ ਛੱਡਦੇ ਆ ਬਈ ਯਾਰ, ਇਹਨਾਂ ਦਾ ਵੀ ਓਨਾ ਹੀ ਕਸੂਰ ਆ। ਐਵੇਂ ਤੈਨੂੰ ਮੈਂ ਝੂਠ ਮਾਰਾਂ, ਇੱਥੋਂ ਦੀ ਗੱਡੀਆਂ ਲੈ ਕੇ ਲੰਘੇ ਇਹਨਾਂ ਨੂੰ ਜਮਾ ਨਹੀਂ ਵੀ ਇੱਥੇ ਰੁਕ ਕੇ ਅਸੀਂ 2 ਮਿੰਟ ਹੈ ਨਾ ਵੀ ਸਾਥ ਦੇ ਦਈਏ। ਕਰਤਾਰ ਸਿੰਘ ਸਿੱਧਵਾ ਵੀ ਉੱਥੋਂ ਹੀ ਟੱਪੇ ਨੇ, ਉਹ ਸਿੱਧਵਾ ਵੀ ਟੱਪਿਆ, ਸਿੱਧਵਾ ਤਾਂ ਆਪ ਖੜਦੇ ਰਹੇ ਆ ਕੇ, ਜਿਹੜਾ ਭਗਵੰਤ ਮਾਨ ਉਹ ਤਾਂ ਆਪ ਆਉਂਦਾ ਰਿਹਾ ਹੈਗਾ ਜੀ, ਮੈਂ ਲੜਾਈ ਸ਼ੁਰੂ ਕਰਤੀ ਬੁੱਢੇ ਨਾਲੇ ਦਾ, ਐਂ ਕਰਾਊਂ ਉਹ ਕਰਾਊਂ, ਜਦੋਂ ਮੁੱਖ ਮੰਤਰੀ ਬਣ ਗਿਆ ਸਾਰਾ ਕੁਛ ਭੁੱਲ ਗਿਆ, ਹੁਣ ਪਤਾ ਨਹੀਂ ਕਿਹੜੀ ਗੋਲੀ ਲੈ ਕੇ ਕਿਹੜੀ ਨੀਂਦ 'ਚ ਸੁੱਤਾ ਪਿਆ ਹੁਣ ਮੁੱਖ ਮੰਤਰੀ। ਉਹ ਤਾਂ ਕਹਿੰਦੇ ਪੰਜਾਬ ਦੇ ਪੁੱਤ ਸੀ, ਪੰਜਾਬ ਦਾ ਪੁੱਤ ਕਿਹੜੇ ਪੰਜਾਬ ਦਾ ਪੁੱਤ ਹੈ, ਹੁਣ ਲੁਧਿਆਣੇ ਨੂੰ ਮੇਰਾ ਜ਼ਿਲ੍ਹਾ ਲੁਧਿਆਣਾ ਜੀ, ਲੁਧਿਆਣੇ ਨੂੰ ਆਪਾਂ ਸਮਾਰਟ ਸਿਟੀ ਕਹਿੰਦੇ ਹਾਂ, ਤੁਹਾਨੂੰ ਲੱਗਦਾ ਇਹ ਵੀ ਇਹਨੂੰ ਆਪਾਂ ਸਮਾਰਟ ਸਿਟੀ ਕਹਾਂਗੇ? ਲੁਧਿਆਣੇ ਦਾ ਦੈਲਾ ਬੁੱਢਾ ਜਿਹੜਾ ਦਰਿਆ ਗਾ, ਜਿਹੜਾ ਬੁੱਢਾ ਨਾਲਾ ਹੀ ਜਿਹੜਾ ਦੈਲ ਹੀ ਖਰਾਬ ਹੋਇਆ ਪਿਆ ਗਾ, ਆਪਾਂ ਪਾਣੀ ਨੂੰ ਪਿਓ ਮੰਨਦੇ ਹਾਂ, ਪਿਓ ਦੀ ਮੌਤ ਹੋਈ ਪਈ ਆ, ਉੱਤੋਂ ਦੀ ਕਹਿੰਦੇ ਆਪਣਾ ਜਿਹੜਾ ਲੁਧਿਆਣਾ ਉਹ ਸਮਾਰਟ ਸਿਟੀ ਆ। ਅਗਲੀ ਗੱਲ ਭਗਵੰਤ ਮਾਨ, ਭਗਵੰਤ ਮਾਨ ਕਿਹੜੇ ਪੰਜਾਬ ਦਾ ਪੁੱਤ, ਪੰਜਾਬ ਦੇ ਪੁੱਤ ਖਾਣ ਵਾਲਾ, ਉਹ ਕਿੰਨੇ ਪੰਜਾਬ ਦੇ ਪੁੱਤ ਖਾ ਗਿਆ, ਉੱਤੋਂ ਦੀ ਆਹ ਦੇਖ ਲਓ ਲੈ ਜਵਾਨ ਕਰਕੇ ਮੁੱਕ ਰਿਹਾ, ਉਹ ਤਾਂ ਭੱਜਿਆ ਫਿਰਦਾ ਹੁੰਦਾ ਸੀਗਾ ਲੈ ਕੇ ਝੰਡੀਆਂ ਬੁੱਢੇ ਨਾਲੇ ਦੇ ਆਲੇ ਦੁਆਲੇ, ਮੈਂ ਐਂ ਕਰ ਦੂੰ ਮੈਂ ਉਹ ਕਰ ਦੂੰ, ਹੁਣ ਸਾਰਾ ਕੁਛ ਹੱਥ 'ਚ ਆ ਗਿਆ, ਹੁਣ ਫਿਰ ਪਤਾ ਨਹੀਂ ਜੀ ਕਿੱਧਰ ਸੁੱਤੇ ਪਏ ਆ ਇਹ, ਠੀਕ ਆ ਨਾ। MLA ਗੋਗੀ ਆ, ਚਲੋ ਉਹਨਾਂ ਨੇ ਨੀਂਹ ਪੱਥਰ ਭੰਨਿਆ ਗਿਆ, ਮੈਂ ਕਹਿੰਦਾ ਵੀ ਵਧੀਆ ਉਹਨਾਂ ਨੇ ਕਦਮ ਚੁੱਕ ਲਿਆ, ਜਿਹੜੇ ਪਾਪ ਕੀਤੇ ਆ ਉਹ ਧੋਤੇ ਗਏ ਉਹਨਾਂ ਦੇ ਆ ਚੰਗਾ ਕੰਮ ਕਰਕੇ, ਪਰ ਉਹਨਾਂ ਨੂੰ ਵੀ ਅੱਜ ਇੱਥੇ ਪਹੁੰਚਣਾ ਚਾਹੀਦਾ ਸੀ ਗੋਗੀ ਸਾਹਿਬ, ਜੇ ਆਉਂਦੇ ਇੱਥੇ ਲੋਕ ਹੱਥਾਂ 'ਤੇ ਚੱਕਦੇ। ਸੋ ਇਹਨਾਂ ਗੱਲਾਂ ਨੂੰ ਵੀ ਧਿਆਨ 'ਚ ਰੱਖਣਾ ਚਾਹੀਦਾ, ਸਾਡੇ ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਲੋੜ ਆ, ਵੀ ਵੱਡੀ ਗਿਣਤੀ ਦੇ ਵਿੱਚ ਆਓ ਤੁਸੀਂ, ਦਬਾਅ ਬਣਾ ਕੇ ਸਰਕਾਰ 'ਤੇ, ਫੇਰ ਹੀ ਇਹ ਮਸਲਿਆਂ ਦਾ ਹੱਲ ਕਰਵਾਇਆ ਜਾ ਸਕਦਾ, ਨਹੀਂ ਕਿਸੇ ਨੇ ਕੁਛ ਨਹੀਂ ਕਰਨਾ। ਅੱਛਾ ਕੀ ਲੱਗਦਾ ਜਿਸ ਤਰੀਕੇ ਨਾਲ ਇਕੱਠ ਹੋਇਆ ਲੋਕ ਤਾਂ ਜਾਗਰੂਕ ਤੋਂ ਹੋ ਜਾਂਦੇ ਨੇ, ਪਰ ਉਸ ਤਰੀਕੇ ਨਾਲ ਨਹੀਂ ਹੁੰਦੇ ਜਿਸ ਤਰੀਕੇ ਨਾਲ ਹੋਣਾ ਚਾਹੀਦਾ ਸੀ, ਸਰਕਾਰਾਂ ਤਾਂ ਪਤੀ ਵੀ ਘੁੰਗਣ ਮੱਟੀਆਂ ਮੂੰਹ 'ਚ ਲੱਗੀ ਬੈਠੀਆਂ ਨੇ। ਹੁਣ ਮਾਨਸੇ ਬਠਿੰਡੇ ਤੋਂ ਸਾਰੇ ਲੋਕ ਅੱਜ ਉੱਠ ਕੇ ਆਏ ਆ, ਲੱਖਾ ਸਧਾਣਾ ਕਿੱਡਾ ਵੱਡਾ ਕਾਫਲਾ ਲੈ ਕੇ ਆਇਆ ਮਾਨਸੇ ਬਠਿੰਡੇ ਤੋਂ ਉੱਥੋਂ, ਹੁਣ ਲੁਧਿਆਣੇ ਵਾਸੀਆਂ ਨੂੰ ਵੀ ਤਾਂ ਚਾਹੀਦਾ ਨਾ, ਇਹ ਜਿਹੜੇ ਸ਼ਹਿਰੀ ਲੋਕ ਆ ਲੁਧਿਆਣੇ ਦੇ, ਇਹਨਾਂ ਨੂੰ ਵੀ ਤਾਂ ਚਾਹੀਦਾ ਨਾ, ਇੱਥੋਂ ਹੁਣ ਵੱਡੀਆਂ ਵੱਡੀਆਂ ਗੱਡੀਆਂ ਲੈ ਕੇ ਲੰਘੀ ਜਾਣਗੇ, ਹੈਂ ਇਹਨਾਂ ਨੂੰ ਆਇਆ ਵੀ ਸਾਡੇ ਕੋਲ ਪੈਸਾ ਹੈਗਾ ਘਰੇ, ਅਸੀਂ ਫਿਲਟਰ ਵਾਲਾ ਪਾਣੀ ਪੀਂਦੇ ਹਾਂ, ਵੀ ਅਸੀਂ ਕੀ ਕਰਨਾ? ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਆਏ ਨਹੀਂ ਪਤਾ ਵੀ ਸਾਡੀਆਂ ਪੀੜ੍ਹੀਆਂ ਨੂੰ ਭੁਗਤਣਾ ਪੈਣਾ ਇਹ ਸਾਰਾ ਕੁਛ। ਸੋ ਵੱਡਾ ਕਸੂਰ ਇਹਨਾਂ ਦਾ ਵੀ ਆ, ਇਹ ਲੁਧਿਆਣੇ ਵਾਸੀਆਂ ਨੂੰ ਵੀ ਆਉਣਾ ਚਾਹੀਦਾ ਵੀ ਬੁੱਢਾ ਜਿਹੜਾ ਨਾਲਾ ਗਾ ਲੁਧਿਆਣੇ ਦੇ ਵਿੱਚ ਦੀ ਗੁਜ਼ਰਦਾ, ਵੀ ਪਹਿਲ ਕਦਮੀ ਤਾਂ ਤੁਹਾਨੂੰ ਉੱਠ ਕੇ ਕਰਨੀ ਚਾਹੀਦੀ ਆ। ਸਾਰਾ ਇਹਦਾ ਪਾਣੀ ਸਤਲੁਜ ਦਰਿਆ 'ਚ ਪਾਇਆ ਜਾਂਦਾ, ਰਾਜਸਥਾਨ ਹਰਿਆਣਾ ਸਾਰੇ ਸੂਬੇ ਦੀ ਮਾਰ ਹੇਠਾਂ ਆਏ ਹੋਏ ਆ, ਪਤਾ ਨਹੀਂ ਸਾਡੇ ਲੋਕ ਕਦੋਂ ਜਾਗਣਗੇ ਯਾਰ। ਪਰ ਫਿਰ ਵੀ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠ ਹੋਇਆ, ਜਿਹੜੀ ਆਵਾਜ਼ ਆ ਉਹ ਸਰਕਾਰ ਤੱਕ ਪਹੁੰਚੂਗੀ, ਆਸ ਕਰਦੇ ਹਾਂ ਵੀ ਕੋਈ ਨਾ ਕੋਈ ਹੱਲ ਆ ਜਿਹੜਾ ਕੱਢਿਆ ਜਾਊਗਾ, ਨਹੀਂ ਫਿਰ ਬਾਈ ਬੰਨ ਤਾਂ ਮਾਰਾਂਗੇ ਚਾਹੇ ਜੋ ਹੁੰਦਾ ਹੋਵੇ।